ਤੇਰਾ ਰੋਟੀ ਖਾ ਲੈਣੀ ਨਹੀਂ ਤਾਂ ਰੋਟੀ ਮੰਗ ਕੇ ਖਾਣੀ। ਅਸੀਂ ਝੁੱਗੀ ਦੇ ਵਿੱਚ ਰਹਿੰਦੇ ਹੁੰਦੇ ਸੀਗੇ, ਜਦੋਂ ਮੀਂਹ ਆਉਂਦਾ ਹੁੰਦਾ ਸੀਗਾ ਰਾਤ ਨੂੰ ਪਾਪਾ ਉਹਨੇ ਉਠਾ ਦਿੰਦੇ ਹੁੰਦੇ ਸੀ, ਕਹਿੰਦੇ ਪੁੱਤ ਤਰਪਾਲ ਫੜ ਲਾ ਨਹੀਂ ਤਾਂ ਮੀਂਹ ਨਾਲ ਸਾਰਾ ਕੁਛ ਭਿੱਜ ਜਾਣਾ। ਸਾਨੂੰ ਸਾਡੀ ਰਾਤਾਂ ਇੱਦਾਂ ਹੀ ਲੱਗਦੀਆਂ ਸੀ। ਮੇਰੇ 'ਤੇ ਨਾ ਪਾਪ ਦੇ ਅਟੈਕ ਹੋਣ ਲੱਗ ਪਏ ਸੀਗੇ, ਅਤੇ ਫਿਰ ਜਦੋਂ ਮੈਂ ਚਰਚ ਆਇਆ ਮੇਰੇ ਪਰਮੇਸ਼ਰ ਨੇ ਮੈਨੂੰ ਪਾਪ ਤੋਂ ਆਜ਼ਾਦ ਕੀਤਾ, ਗੰਦਗੀ ਤੋਂ ਵਿਵਚਾਰ ਤੋਂ ਆਜ਼ਾਦ ਕੀਤਾ, ਮੈਨੂੰ ਟੈਰ ਚੱਕਣ ਵਾਲੇ ਤੋਂ ਆਪਣੇ ਭਵਨ ਦੇ ਵਿੱਚ ਬਿਠਾਇਆ, ਅੱਜ ਮੈਂ ਉਹਦੇ ਭਵਨ ਦੇ ਵਿੱਚ ਖੁਸ਼ ਹਾਂ। ਨਹੀਂ ਦੇਂਗੇ ਟੀਮ ਕੀ ਅਗਰ ਮੈਂ ਐਸੇ ਬਾਤ ਕਰੂੰ। ਇੱਧਰ ਆ ਜਾ ਬੇਟਾ, ਤੁਝੇ ਹੀ ਬੁਲਾ ਰਹਾ ਹੂੰ ਕੈਮਰਾਮੈਨ ਕੇ ਪੀਛੇ, ਆ ਜਾ। ਯੇ ਵਿਅਕਤੀ ਚਰਚ ਮੇਂ ਕੈਮਰਾ ਚਲਾਤਾ ਹੈ, ਅਬ ਇਸਕੀ ਸਟੋਰੀ ਬਤਾਊਂ ਤੋ, ਮਾਈਕ ਦੇਣਾ ਜੋ ਮੈਂ ਪੁੱਛੂ ਆਪਕੋ ਆਂਸਰ ਬਤਾਨਾ ਹੈ। ਜਬ ਪ੍ਰਭੂ ਕੇ ਪਾਸ ਨਹੀਂ ਆਏ ਥੇ, ਤੇਰੀ ਲਾਈਫ ਕਿਆ ਥੀ, ਕਿਆ ਕਾਮ ਕਰਤੇ ਥੇ, ਕੈਸੀ ਲਾਈਫ ਥੀ, ਬਤਾਓ। ਪਾਪਾ ਜੀ ਨੂੰ ਜੈ ਮਸੀਹ, ਸਾਰੀ ਕਲੀਸਿਆ ਨੂੰ ਜੈ ਮਸੀਹ ਦੀ। ਜਦੋਂ ਮੈਂ ਚਰਚ ਨਹੀਂ ਆਉਂਦਾ ਸੀਗਾ ਜਾਂ ਫਿਰ ਜਦੋਂ ਪ੍ਰਭੂ ਦੇ ਵਿੱਚ ਨਹੀਂ ਆਇਆ ਸੀਗਾ ਹਜੇ ਮੈਂ ਚਰਚ ਦੇ ਵਿੱਚ, ਉਹ ਤੋਂ ਪਹਿਲਾਂ ਮੇਰੀ ਲਾਈਫ ਇੱਦਾਂ ਸੀਗੀ ਕਿ ਸਭ ਤੋਂ ਪਹਿਲਾਂ ਤਾਂ ਮੈਂ ਗਰੀਬੀ ਦੇ ਵਿੱਚ ਸੀਗਾ, ਅਤੇ ਇੱਕ ਹੁੰਦੀ ਗਰੀਬੀ, ਪਰ ਮੈਂ ਉਹ ਗਰੀਬੀ ਨਹੀਂ ਸੀ। ਜੇ ਮੇਰੀ ਫੋਟੋ ਰਿਕਾਰਡ ਕੀਤੀ ਜਾਂਦੀ ਅਤੇ ਮੇਰੀ ਵੀਡੀਓ ਰਿਕਾਰਡ ਕੀਤੀ ਜਾਂਦੀ ਤਾਂ ਅੱਜ ਤੁਹਾਨੂੰ ਪਤਾ ਲੱਗਦਾ ਮੈਂ ਇੱਕ ਕਬਾੜ ਚੁੱਗਣ ਵਾਲਾ ਵਿਅਕਤੀ ਸੀਗਾ, ਅਤੇ ਰਾਤ ਜਾਂਦਾ ਹੁੰਦਾ ਸੀਗਾ ਰਾਤ ਨੂੰ 4 ਵਜੇ ਉੱਠ ਕੇ, ਅਤੇ ਮੇਰੀ ਮੰਮੀ ਹੋਣੀ ਮੈਨੂੰ ਚਾਹ ਚੂਹ ਪਿਲਾ ਕੇ ਕਹਿੰਦੇ ਬੇਟਾ ਤੂੰ ਜਾ ਕੰਮ 'ਤੇ, ਅਤੇ ਜਦੋਂ ਮੈਂ ਜਾਂਦਾ ਹੁੰਦਾ ਸੀਗਾ ਬੋਰੀ ਮੋਢੇ ਚੱਕ ਕੇ ਤਾਂ ਪੂਰੀ ਠੰਡ ਦੇ ਵਿੱਚ, ਭਾਵੇਂ ਠੰਡ ਹੋਵੇ ਭਾਵੇਂ ਗਰਮੀ ਹੋਵੇ, ਸੜਕਾਂ ਦੇ ਉੱਤੇ ਜਾ ਕੇ ਉੱਧਰ ਸੌਣਾ, ਕਿਉਂਕਿ ਰਾਤ ਨੂੰ ਜਲਦੀ ਜਾਣਾ ਹੁੰਦਾ ਸੀਗਾ ਫਿਰ ਦੁਪਹਿਰੇ ਨੀਂਦ ਆਉਂਦੀ ਹੁੰਦੀ ਸੀ, ਸੜਕਾਂ ਦੇ ਉੱਤੇ ਇੱਥੇ ਵੀ ਸੌ ਜਾਣਾ, ਜੇ ਘਰੋਂ ਪੈਸੇ ਮਿਲ ਗਏ ਤਾਂ ਰੋਟੀ ਖਾ ਲੈਣੀ ਨਹੀਂ ਤਾਂ ਰੋਟੀ ਮੰਗ ਕੇ ਖਾਣੀ। ਉਹ ਤੋਂ ਬਾਅਦ ਫਿਰ ਕਰਦੇ ਕਰਦੇ ਸਾਡੀ ਕੋਲ ਜਿਹੜੀ ਜ਼ਮੀਨ ਸੀਗੀ, ਮੈਨੂੰ ਸਕੂਲੇ ਲੱਗਾ ਸੀਗਾ, ਸਕੂਲੇ 1-2 ਕਲਾਸ ਮੈਨੂੰ ਬਾਪੂ ਨੇ ਪੜ੍ਹਾਇਆ। ਉਹ ਤੋਂ ਬਾਅਦ ਉਹ ਕਹਿੰਦੇ ਪੁੱਤ ਤੂੰ ਪਹਿਲਾਂ ਨਾ ਗੇੜਾ ਮਾਰਨ ਜਾਇਆ ਕਰ, ਫਿਰ ਤੂੰ ਸਕੂਲੇ ਜਾਇਆ ਕਰ। ਮੈਂ ਕਿਹਾ ਠੀਕ ਹੈ ਜੀ। ਫਿਰ ਕਈ ਵਾਰ ਮੈਂ ਲੇਟ ਹੋ ਜਾਂਦਾ ਸੀ, ਫਿਰ ਮੇਰਾ ਪੜ੍ਹਨ ਨੂੰ ਮਨ ਤਾਂ ਸੀਗਾ, ਮੈਂ ਪੜ੍ਹਨ ਦੇ ਵਿੱਚ ਵੀ ਲਿਖਾਈ ਦੇ ਵਿੱਚ ਵੀ ਵਧੀਆ ਸੀਗਾ, ਮੈਡਮਾਂ ਨੇ ਮੈਨੂੰ ਪ੍ਰਾਈਵੇਟ ਸਕੂਲ 'ਚ ਇਨਾਮ ਵੀ ਦਿੱਤਾ 1ਲੀ ਕਲਾਸ ਦੇ ਵਿੱਚ, ਕਹਿੰਦੇ ਵਧੀਆ ਲਿਖਦਾ ਵਧੀਆ ਪੜ੍ਹਦਾ। ਪਰ ਉਹ ਤੋਂ ਬਾਅਦ ਮੈਂ ਇੱਦਾਂ ਹੀ ਗਰੀਬੀ ਦੇ ਕਰਕੇ, ਕਬਾੜ ਚੁਗਣ ਦੇ ਕਰਕੇ, ਜਾਂ ਫਿਰ ਮੈਂ ਕਰਜ਼ਾ ਦੇਣਾ ਸੀਗਾ ਲੋਕਾਂ ਦਾ, ਅਤੇ ਮੇਰੀ ਸਾਰੀ ਜ਼ਮੀਨ ਜਿਹੜੀ ਮਾੜੀ ਮੋਟੀ ਪਹਿਲਾਂ ਮਲੇਰਕੋਟਲੇ ਰਹਿੰਦੇ ਹੁੰਦੇ ਸੀਗੇ ਅਸੀਂ, ਉੱਥੇ ਸਾਰੀ ਜ਼ਮੀਨ ਵਿਕ ਗਈ, ਸਾਡੀ ਕੋਲ ਮੱਝਾਂ ਸੀਗੀਆਂ ਉਹ ਵੀ ਵਿਕ ਗਈਆਂ। ਫਿਰ ਅਸੀਂ ਝੁੱਗੀ ਦੇ ਵਿੱਚ ਰਹਿੰਦੇ ਹੁੰਦੇ ਸੀਗੇ, ਜਦੋਂ ਮੀਂਹ ਆਉਂਦਾ ਹੁੰਦਾ ਸੀਗਾ ਰਾਤ ਨੂੰ ਪਾਪਾ ਉਹਨੇ ਉਠਾ ਦਿੰਦੇ ਹੁੰਦੇ ਸੀ, ਕਹਿੰਦੇ ਪੁੱਤ ਤਰਪਾਲ ਫੜ ਲਾ ਨਹੀਂ ਤਾਂ ਮੀਂਹ ਨਾਲ ਸਾਰਾ ਕੁਛ ਭਿੱਜ ਜਾਣਾ। ਸਾਨੂੰ ਸਾਡੀ ਰਾਤਾਂ ਇੱਦਾਂ ਹੀ ਲੱਗਦੇ ਹੁੰਦੇ ਸੀਗੇ, ਅਸੀਂ ਦੇਖ ਲੋਕਾਂ ਦੇ ਘਰਾਂ ਨੂੰ ਦੇਖਦੇ ਹੁੰਦੇ ਸੀਗੇ, ਸਾਨੂੰ ਪਤਾ ਨਹੀਂ ਹੁੰਦਾ ਸੀ ਵੀ ਲੋਕ ਕਿੱਦਾਂ ਰਾਤ ਨੂੰ ਕਿੰਨੀ ਇਸ ਨਾਲ ਕਿੰਨੀ ਸ਼ਾਂਤੀ ਨਾਲ ਸੌਂਦੇ ਆ। ਅਸੀਂ ਸਾਨੂੰ ਬਸ ਇਹੀ ਪਤਾ ਸੀ ਬਸ ਮੀਂਹ ਨਾ ਆ ਜਾਵੇ, ਮੀਂਹ ਨਾ ਆ ਜਾਵੇ, ਸਾਨੂੰ ਡਰ ਹੁੰਦਾ ਸੀਗਾ ਬਸ ਜੇ ਮੀਂਹ ਆ ਗਿਆ ਨਾ ਅੱਜ ਫਿਰ ਸਾਡੀ ਨੀਂਦ ਖਰਾਬ ਹੋ ਜਾਣੀ, ਅੱਜ ਫਿਰ ਸਾਨੂੰ ਉੱਦਾਂ ਹੀ ਉੱਠਣਾ ਪੈਣਾ, ਜਾਗਣਾ ਪੈਣਾ। ਫਿਰ ਉਹ ਚੀਜ਼ ਵੱਖਰੀ, ਪਰ ਲੋਕਾਂ ਦੇ ਤਾਨੇ ਮਿਹਣੇ, ਤੁਸੀਂ ਗਰੀਬ ਆ ਤੁਸੀਂ ਕੁਛ ਨਹੀਂ ਕਰ ਸਕਦੇ। ਜਦੋਂ ਮੈਂ ਦੂਜਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੇਖਣਾ ਤਾਂ ਮੈਂ ਮਨ ਦੇ ਵਿੱਚ ਸੋਚਣਾ, ਮੈਂ ਕਿਹਾ ਮੇਰੀ ਜ਼ਿੰਦਗੀ ਕੁਛ ਵੀ ਨਹੀਂ ਆ। ਮੈਂ ਲੋਕਾਂ ਦੇ ਘਰ ਫਿਰ ਕਰਜ਼ਾ ਲਾਉਣਾ ਸੀਗਾ, ਸਾਡੇ ਕੋਲ ਪੈਸੇ ਦੇਣ ਨੂੰ ਹੈ ਨਹੀਂ ਸੀ। ਉਹ ਕਹਿੰਦੇ ਤੂੰ ਇੱਦਾਂ ਕਰ, ਤੂੰ ਨਾ ਸਾਡੇ ਕੋਲ ਕੰਮ ਲੱਗ ਜਾ, ਜਿਹੜੇ ਪੈਸੇ ਦੇਣੇ ਆ ਤੂੰ ਨਾ ਦੇਈਂ। ਚੱਲ ਬਾਪੂ ਕਹਿੰਦੇ ਚੱਲ ਠੀਕ ਹੈ ਇੱਦਾਂ ਕਰ ਲੈਂਦੇ। ਮੇਰੀ ਮੰਮੀ ਖੁਸ਼ ਨਹੀਂ ਸੀਗੀ ਲਾ ਕੇ, ਫਿਰ ਵੀ ਉਹਨੇ ਮੈਨੂੰ ਲਾਇਆ, ਫਿਰ ਮੈਂ ਪੈਡਾਂ ਚਾਰਨ ਲੱਗਾ। 2 ਸਾਲ ਮੈਂ ਪੈਡਾਂ ਚਾਰੀ, ਜਦੋਂ ਬਿਮਾਰ ਹੁੰਦਾ ਸੀ ਉਦੋਂ ਮੈਨੂੰ ਛੁੱਟੀ ਹੁੰਦੀ ਸੀ, ਨਹੀਂ ਤਾਂ ਮੈਂ ਦੇਖਦਾ ਹੁੰਦਾ ਸੀ ਕੋਈ ਮੈਨੂੰ ਵੀ ਛੁੱਟੀ ਦੇਵੇ, ਮੈਂ ਵੀ ਕਦੇ ਘਰ ਰਹਾਂ ਜਦੋਂ ਬਿਮਾਰ ਹਾਂ ਉਦੋਂ ਛੁੱਟੀ ਮਿਲਣੀ, ਨਹੀਂ ਤਾਂ ਮੈਂ ਪੈਡਾਂ ਚਾਰਨੀ ਆ। ਪੈਡਾਂ ਦੇ ਵਿੱਚ ਇੱਦਾਂ ਸੀਗਾ ਕਿ ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਦਾਊਦ ਪੈਡਾਂ ਚਾਰਦਾ ਹੁੰਦਾ ਸੀ, ਜਦੋਂ ਮੈਂ ਇਹ ਸਟੋਰੀ ਪੜ੍ਹਦਾ ਮੈਨੂੰ ਪਤਾ ਆ ਕਿ ਪੈਡਾਂ ਚਾਰਨੀਆਂ ਕਿੱਦਾਂ ਆ। ਉਹਨੂੰ ਪੱਠੇ ਘਰੇ ਬੰਨ ਕੇ ਨਹੀਂ ਪਾ ਸਕਦੇ, ਉਹਨੂੰ ਲੈ ਕੇ ਜਾਣਾ ਹੀ ਪੈਣਾ, ਭਾਵੇਂ ਠੰਡ ਆ ਭਾਵੇਂ ਉੱਪਰ ਮੀਂਹ ਪੈਂਦਾ ਭਾਵੇਂ ਹਵਾ ਚੱਲਦੀ ਹੈ ਜੋ ਮਰਜ਼ੀ ਹੈ। ਉਹ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਦੇ ਕਿਸੇ ਨੇ ਮੈਨੂੰ ਚਰਚ ਬਾਰੇ ਦੱਸਿਆ, ਮੇਰੀ ਭੈਣ ਚਰਚ ਜਾਂਦੀ ਹੁੰਦੀ ਸੀਗੀ, ਇੱਕ ਆਂਟੀ ਦੇ ਕੰਮ ਲੱਗੀ ਸੀਗੀ, ਉਹਨੇ ਮੈਨੂੰ ਚਰਚ ਬਾਰੇ ਦੱਸਿਆ, ਅਤੇ ਪਹਿਲਾਂ ਮੈਂ ਵਿਸ਼ਵਾਸ ਨਹੀਂ ਕੀਤਾ ਜਦੋਂ ਮੈਨੂੰ ਮੇਰੀ ਭੈਣ ਨੇ ਮੈਨੂੰ ਦੱਸਿਆ। ਫਿਰ ਮੈਂ ਕਿਹਾ ਚੱਲ ਇੱਕ ਵਾਰੀ, ਮੇਰੇ 'ਤੇ ਜ਼ਿਆਦਾ ਹੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਗਿਆ। ਉਹ ਤੋਂ ਪਹਿਲਾਂ ਮੈਂ 2-3 ਵਾਰੀ ਮਰਨ ਦੀ ਕੋਸ਼ਿਸ਼ ਕੀਤੀ, ਇੱਕ ਦਵਾਈ ਹੁੰਦੀ ਉਹ ਜਿਹੜੀ ਜ਼ਹਿਰ ਹੁੰਦੀ ਆ ਉਹ ਮੈਂ ਪੀਤਾ, ਪਰ ਉਹਨੂੰ ਮੈਨੂੰ ਚੱਕਰ ਚੁੱਕਰ ਆਏ ਪਰ ਕੁਛ ਹੋਇਆ ਨਹੀਂ ਸੀ। ਮੈਨੂੰ ਪਤਾ ਮੇਰੇ ਪਰਮੇਸ਼ੁਰ ਨੇ ਮੈਨੂੰ ਗਰਭ ਦੇ ਕੁੱਖ 'ਚੋਂ ਚੁਣਿਆ, ਤਾਂ ਕਿ ਉਹਨੇ ਮੈਨੂੰ ਚੁਣਿਆ, ਉਹ ਮੇਰੇ ਨਾਲ ਪਿਆਰ ਕਰਦਾ।
उस तो बाद मैं चर्च बारे पता लगा। मैं इतने एक बार चर्च आया, पापा जी का बर्थडे सेगा, तो जो तो मैं चर्च आया मैं पुलपुर के उ चर्च लगते होंगे सी। शुक्रवार का दिन से रात को मैं आया क्योंकि दिने मैं काम जाता हूँ सगा, तो रात को मैंने छुट्टी मिली क्योंकि दिने मैं काम जाना ही होंगे। जो तो ना गया फिर मैं गाला पैंते फिर कुट पैंते कुछ भी रख लो। मैं रात को भैन कहती कहते अज तो रात को मीटिंग है तू अज आ जाए। मैं ठीक है भैने मैं आऊँगा। जो असि पुलपुर से बैठे से रात में चलती सी तो मैनू बैठे बैठे झटके लगते थे, करंट लगता है। मैं ना पहली बार अनुभव होया। मैं अपने रिश्तेदार जो आए थे उन्होंने पूछा थोड़ा कुछ होंगे, कहते नहीं बैठा रहे चुप करके, कहते कुछ नहीं होंगे, कहते तुम बैठा रहे। कहता मैं क्या ठीक है जी। जो पापा जी आए बचन सुनाया सारे लिए प्रे की, लोग डिगते पे थे। मैं पहले सोचा भी ये डिगते कहते पे आ, फिर मैं फिर भी अपनी अखों बंद करके खड़ा रहा। जो मेरे तो पापा जी ने हाथ रखे ना मेरा सारा जिंदगी का बोझ उतर गया, मैं हल्का हो गया। मैं क्या मैं हवा से भी चढ़ता फिरता। और उसके बाद ये जब चर्च में आए तो मतलब एक तो कवाड़ चकना होंगे, कवाड़ भी की तुसी मेरे को उधर की मटीरियल चुकते होंगे सी लिफाफे। मतलब सुबह 3 बजे उठना पैंदा सी, सुबह 3-4 बजे, क्योंकि नहीं तो कोई होर आके कागज चुक लैंदा सीगा रोड तो जाके कागज की चकते होंगे सी। बस सवेरे उठ के असी जाना ਢੇਰਾਂ 'ਤੇ ਜਾਣਾ। ਇੱਕ ਹੁੰਦਾ ਕਵਾੜ ਮੁੱਲ ਲੈਣਾ, ਉਹ ਨਹੀਂ ਚੱਕਣ ਵਾਲਾ ਕੰਮ ਹੁੰਦਾ ਸੀ ਨਾ। ਕਵਾੜ ਮੁੱਲ ਲੈਣਾ ਉਹ ਨਹੀਂ, ਘਰਾਂ 'ਚ ਜਾ ਕੇ ਸਾਈਕਲ 'ਤੇ ਕਵਾੜ ਦੇ ਦਿਓ ਭਾਂਡੇ ਲੈ ਲਓ। ਢੇਰਾਂ ਦੇ ਉੱਤੋਂ ਜੋ ਕਾਗਜ਼ ਕੂਗਜ਼ ਚੱਕਦੇ ਆ ਉਹ ਸੀ ਇਹਦੀ ਲਾਈਫ, ਝੁੱਗੀ 'ਚ ਰਹਿੰਦਾ ਸੀ। ਉਹਦੇ ਵਿੱਚ ਕੀ ਚੱਕਦੇ, ਕਿੱਦਾਂ ਬੋਤਲਾਂ ਹੋ ਗਈਆਂ ਜਾਂ ਗੱਤੇ ਹੋ ਗਏ ਜਾਂ ਲਿਫਾਫੇ ਹੋ ਗਏ ਜਾਂ ਕੁਛ ਵੀ ਇੱਦਾਂ ਦਾ ਕੱਚ ਹੋ ਗਿਆ, ਇੱਦਾਂ ਜੁੱਤੀਆਂ ਹੋ ਗਈਆਂ ਟੁੱਟੀਆਂ ਪੁਰਾਣੀਆਂ, ਉਹ ਚੁੱਕਣਾ ਉਹਦੇ ਵਿੱਚੋਂ। ਫਿਰ ਉਹ ਜਾ ਕੇ ਅਸੀਂ ਵੇਚਣਾ ਕਦੇ। ਫਿਰ ਉਹ ਤੋਂ ਬਾਅਦ ਚਰਚ ਤੋਂ ਬਾਅਦ ਫਿਰ ਇੱਕ ਹੋਰ ਚੀਜ਼ ਆ ਜਿਹੜੀ ਮੇਰੀ ਸਭ ਤੋਂ ਵੱਡੀ ਗਵਾਹੀ ਆ। ਮੇਰੇ 'ਤੇ ਨਾ ਪਾਪ ਦੇ ਅਟੈਕ ਹੋਣ ਲੱਗ ਪਏ ਸੀਗੇ, ਅਤੇ ਇਹ ਚੀਜ਼ ਮੇਰੇ ਮਾਤਾ ਪਿਤਾ ਨੂੰ ਡੈਡੀ ਨੂੰ ਕਿਸੇ ਨੂੰ ਵੀ ਨਹੀਂ ਪਤਾ ਸੀਗਾ, ਜਿਸ ਕਰਕੇ ਮੈਂ ਚਰਚ ਵਿੱਚ ਲਗਾਤਾਰ ਬਣਿਆ ਰਿਹਾ। ਕਿਉਂਕਿ ਮੈਂ ਚਾਹੁੰਦਾ ਸੀ ਉਸ ਚੀਜ਼ ਤੋਂ ਛੁੱਟਣਾ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਗਲਤ ਨਿਗਾਹ ਨਾਲ ਦੇਖਦਾ ਹੁੰਦਾ ਸੀਗਾ ਆਪਣੇ। ਮੈਂ ਨਹੀਂ ਚਾਹੁੰਦਾ ਸੀ ਉੱਧਰ ਜਾਣਾ, ਪਰ ਮੇਰੇ ਤੋਂ ਪਾਪ ਹੁੰਦਾ ਸੀਗਾ। ਇਹ ਅਟੈਕ ਮੇਰੇ ਸਦੀਆਂ ਤੋਂ ਸਾਡੀ ਫੈਮਿਲੀ 'ਚ ਚੱਲਦੇ ਆ ਰਿਹਾ। ਇਸੀ ਚੀਜ਼ ਦੇ ਕਾਰਨ ਮੇਰਾ ਬਾਪੂ ਸਾਰਿਆਂ ਮਤਲਬ ਬੇਇੱਜ਼ਤੀ ਦੇ ਵਿੱਚ ਸੀਗੇ, ਸ਼ਰਮਿੰਦਗੀ ਦੇ ਥੱਲੇ ਸੀਗੇ, ਅਤੇ ਸੇਮ ਅਟੈਕ ਮੇਰੇ 'ਤੇ ਹੁੰਦੇ ਸੀਗੇ। ਮੈਂ ਕਿਹਾ ਕੋਈ ਹੈਗਾ ਜਿਹੜਾ ਮੈਨੂੰ ਇਸ ਚੀਜ਼ ਤੋਂ ਛੁਡਾ ਸਕਦਾ, ਕੋਈ ਹੈਗਾ? ਕਿਉਂਕਿ ਮੇਰੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੇਰੀ ਰਿਸ਼ਤੇਦਾਰ ਦੀਆਂ ਭੈਣਾਂ ਵੀ ਮੇਰੇ ਤੋਂ ਡਰਦੀਆਂ ਹੁੰਦੀਆਂ ਸੀਗੀਆਂ। ਉਹ ਭੈਣਾਂ ਮੇਰੇ ਤੋਂ ਡਰਦੀਆਂ ਹੁੰਦੀਆਂ ਸੀਗੀਆਂ, ਮੈਂ ਤੋਂ ਉਹਨਾਂ ਨੂੰ ਪਤਾ ਸੀਗਾ ਵੀ ਇਹ 'ਤੇ ਅਟੈਕ ਹੁੰਦੇ। ਫਿਰ ਜਦੋਂ ਮੈਂ ਚਰਚ ਆਇਆ ਮੇਰੇ ਪਰਮੇਸ਼ੁਰ ਨੇ ਮੈਨੂੰ ਪਾਪ ਤੋਂ ਆਜ਼ਾਦ ਕੀਤਾ, ਗੰਦਗੀ ਤੋਂ ਵਿਵਚਾਰ ਤੋਂ ਆਜ਼ਾਦ ਕੀਤਾ, ਮੈਨੂੰ ਢੇਰ ਚੱਕਣ ਵਾਲੇ ਤੋਂ ਆਪਣੇ ਭਵਨ ਦੇ ਵਿੱਚ ਬਿਠਾਇਆ। ਅੱਜ ਮੈਂ ਉਹਦੇ ਭਵਨ ਦੇ ਵਿੱਚ ਖੁਸ਼ ਹਾਂ ਜਿਹਦੇ ਮੈਂ ਲਾਇਕ ਵੀ ਨਹੀਂ ਸੀ। ਸਮਝ ਪਾ ਰਹੇ ਹੋ? ਇਸ ਸੇ ਮੈਂ ਆਪਕੋ ਯੇ ਸਿਖਾਨਾ ਚਾਹਤਾ ਹੂੰ ਕਿ ਇਹ ਕਹਾਂ ਪਰ ਬੰਦਾ ਥਾ, ਔਰ ਚਰਚ ਆਉਣਾ ਸ਼ੁਰੂ ਹੁਆ, ਪਾਪ ਸੇ ਆਜ਼ਾਦ ਹੁਆ, ਲਾਈਫ ਫਰੀ ਹੋਈ, ਔਰ ਉਸਕੇ ਬਾਅਦ ਅਗਰ ਹਮ ਦੇਖੇ। ਮੈਂ ਆਪਕੋ ਬਤਾਨਾ ਚਾਹਤਾ ਹੂੰ, ਇਸਸੇ ਕਿਆ ਬਤਾਨਾ ਚਾਹਤਾ ਹੂੰ ਕਿ ਆਪਕੋ ਲਗਤਾ ਮੈਂ ਆਮ ਹੂੰ, ਔਰ ਆਪਕੇ ਅੰਦਰ ਬਹੁਤ ਖਾਸ ਚੀਜ਼ ਅੰਦਰ ਛੁਪੀ ਹੋਈ ਹੈ। ਸੁਣੋ ਧਿਆਨ ਸੇ। ਤੋ ਚਰਚ ਮੈਂ ਆਇਆ ਔਰ ਪਰਮੇਸ਼ੁਰ ਨੇ ਇਸੇ ਫ੍ਰੀ ਕੀਆ, ਆਤਮਾ ਸੇ ਭਰਾ ਗਿਰਾ, ਆਤਮਾ ਸੇ ਭਰਾ ਸਾਰਾ ਬੋਝ ਉਤਰਾ, ਲਗਾਤਾਰ ਆਉਣਾ ਸ਼ੁਰੂ, ਹਾਲਾਤ ਤੋਂ ਪਰਿਸਥਿਤੀ ਨੇ ਪਿੱਛੇ ਸੇ ਖਿੱਚਾ, ਪਾਪ ਬਹੁਤ ਥੇ ਚਰਚ ਮੈਂ ਆਏ, ਸਾਰੇ ਪਾਪ ਕੇ ਬੰਧਨ ਕੇ, ਰਿਸ਼ਤੇਦਾਰ ਕੀ ਲੜਕੀਆਂ ਵੀ ਡਰਤੀ ਥੀ ਇਸੇ ਇਸਕੇ ਕਰੀਬ ਆਨੇ ਸੇ ਕਿ ਇਸਕੋ ਇਹ ਗੰਦਾ ਬੰਦਾ ਹੈ, ਇਹ ਐਸਾ ਬੰਦਾ ਹੈ, ਗੰਦਗੀ ਮੇਂ ਰਹਿਣੇ ਵਾਲਾ, ਪਾਪ ਮੇਂ ਰਹਿਣੇ ਵਾਲਾ, ਇਸਕੇ ਅੰਦਰ ਪਹੁੰਚਦੇ ਕੌਣ ਸੀ ਆਤਮਾ ਹੈ? ਉਨ ਆਤਮਾ ਤੋਂ ਕਿਹਾ ਇਹ ਤੋਂ ਹਮ ਮਸੀਹ ਮੇਂ ਆ ਕੇ ਬੋਲ ਰਹੇ ਕਿ ਉਨਕੋ ਲਗਤਾ ਹੋਗਾ ਕਿਆ, ਲੋਕ ਕੋ ਲਗਤਾ ਯੇ ਕਰ ਰਹਾ ਹੈ, ਪਰ ਇੱਕ ਬੰਧਨ ਕੇ ਨੀਚੇ, ਸ਼ਰਾਬ ਕੇ ਨੀਚੇ, ਇੱਕ ਦੁਸ਼ਟਾਤਮਾ ਕੇ ਨੀਚੇ ਹੋਤਾ ਹੈ ਬੰਦਾ। ਉਹ ਤੋ ਇਨਕੋ ਸਮਝਦੇ ਨੇ ਨਾ ਯੇ ਕਰ ਰਹਾ ਹੈ। ਤੋ ਐਸੇ ਤਾਂ ਸਾਰੇ ਬੰਧਨੋਂ ਸੇ ਖੁਦਾ ਨੇ ਆਜ਼ਾਦ ਕੀਆ। ਔਰ ਜੋ ਮੇਨ ਬਾਤ ਬਤਾਨਾ ਚਾਹਤਾ ਹੂੰ, ਤੋ ਜੇ ਐਸਾ ਵਿਅਕਤੀ ਜੋ ਕੂੜੇ ਵਾਲੀ ਜਗਾਓ ਸੇ ਕਾਗਜ਼ ਉਠਾ ਰਹਾ ਹੈ, ਕਾਂਚ ਉਠਾ ਰਹਾ ਹੈ, ਬੋਤਲੇ ਪਲਾਸਟਿਕ ਕੀ ਜੋ ਗਿਰੀ ਹੋਈ ਹੈ ਉਸੇ ਉਠਾ ਰਹਾ ਹੈ, ਕਭੀ ਲੇਟ ਹੋ ਜਾਏ ਸੁਬਹੇ ਉੱਠ ਕੇ ਤੋ ਕੋਈ ਪਹਿਲੇ ਉਠਾ ਕੇ ਲੈ ਜਾਤਾ, ਖਾਲੀ ਹੱਥ ਆਉਣਾ ਹੈ, 10 ਰੁਪਏ ਵੀ ਨਹੀਂ ਹੈ, 30 ਰੁਪਏ ਵੀ ਨਹੀਂ ਹੈ ਦਿਨ ਕੇ, ਪੈਸਾ ਮਿਲੇ ਤੋ ਰੋਟੀ ਮਿਲ ਰਹੀ ਹੈ ਨਹੀਂ ਤੋ ਨਹੀਂ, ਬਾਰਿਸ਼ ਆ ਰਹੀ ਹੈ, ਕੋਈ ਜੁੱਗੀ ਉੱਡ ਰਹੀ ਹੈ, ਬਾਰਿਸ਼ ਲੋਕ ਕਹਿੰਦੇ ਬਾਰਿਸ਼ ਆਏ ਯਾਰ, ਇਹ ਕਹਿ ਰਹੇ ਬਾਰਿਸ਼ ਨਾ ਆਏ। ਔਰ ਅੱਜ ਚਰਚ ਕੇ ਜਿਤਨੇ ਵੀ ਡਿਪਾਰਟਮੈਂਟ ਹੈ,
इसके अंदर जो खुदा ने डाला हुआ है, जो हृदय है, जो साफ हृदय है, जो ईमानदारी है, जो वफादारी है, जो आज्ञाकारी है, जो अधीनता है, जो प्रेम है, आनंद है, शांति है, धीरज है, भलाई है, विश्वास है, नम्रता है, संयम है, उन चीजों को देखकर हर चर्च का डिपार्टमेंट जाता है। मीडिया वाला कहता है मुझे कैमरों के लिए दे दो ये बंदा, कोई कहता है हमें दे दो, कोई डिपार्टमेंट कहता है हमें दे दो, और जो भी तू आम तुम कह रहे मुझे शैतान सता रहा है। तो आपको नहीं पता कॉल सेंटर में ये आपके लिए प्रार्थना कर रहा होता है, इसका शैतान जाए यीशु ना। सभी चर्च में आ रहा है, सबकी हाजिरी लगा रहा है, कौन कितने बजे आ रहा है, सबके ऊपर लीडर है, कौन तू चुने छुट्टी की, तू लेट आया, मतलब हर डिपार्टमेंट में हम इसे पाना चाहते हैं। प्रभु को आपकी पढ़ाई लिखाई आपका कुछ और नहीं, हर एक के बंदे के अंदर कुछ खास डाला है खुदा ने। जब तुम खुदा से प्रेम करोगे वो खास जाहिर हो जाएगा यीशु नाम में। ये चर्च आया, खुदा से प्यार किया, वो खास जाहिर हो गया।